ਸਤਿ ਸ਼੍ਰੀ ਅਕਾਲ ਨਮਸਤੇ ਅਤੇ ਆਦਾਬ ਦੋਸਤੋ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡਾ ਵਿਜੇ ਵਲੋਗਸ ਨਿਊਜ਼ੀਲੈਂਡ ਦੇ ਵਿੱਚ। ਅਤੇ ਦੋਸਤੋ, ਅੱਜ ਦੀ ਜਿਹੜੀ ਵੀਡੀਓ ਹੋਣ ਜਾ ਰਹੀ ਹੈ ਇੰਟਰਵਿਊ ਜਿਹੜੀ ਇਮੀਗ੍ਰੇਸ਼ਨ ਦੀ, ਉਹਦੇ ਬੇਸ ਦੇ ਉੱਤੇ ਮੈਨੂੰ ਮੇਰੇ ਵੀਰ ਭਰਾਵਾਂ ਨੇ ਪੁੱਛਿਆ ਸੀ ਯੂਟਿਊਬ 'ਤੇ ਕਮੈਂਟ ਕਰਕੇ, ਅਤੇ ਇੰਸਟਾਗ੍ਰਾਮ 'ਤੇ ਵੀ ਕੁਛ ਲੋਕਾਂ ਨੇ ਪੁੱਛਿਆ ਸੀ ਕਿ ਜਿਹੜੀ ਇਹਦੀ ਇਮੀਗ੍ਰੇਸ਼ਨ ਦੀ ਇੰਟਰਵਿਊ ਹੈ ਇਹਨੂੰ ਕਿੱਦਾਂ ਕਰਾਇਆ ਕੀਤਾ ਜਾਵੇ ਅਤੇ ਕੀ ਉਹ ਸਵਾਲ ਨੇ ਜਿਹੜੇ ਉਹ ਕੁਝ ਪੁੱਛਦੇ ਨੇ। ਅਤੇ ਦੋਸਤੋ, ਅਕੋਰਡਿੰਗ ਟੂ ਮਾਈ ਐਕਸਪੀਰੀਅੰਸ ਮੈਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰੂੰਗਾ ਅਤੇ ਤੁਹਾਨੂੰ ਦੱਸੂੰਗਾ ਕਿ ਕਿਸ ਤਰ੍ਹਾਂ ਦੇ ਸਵਾਲ ਇਮੀਗ੍ਰੇਸ਼ਨ ਆਉਂਦੇ ਨੇ ਅਤੇ ਕਿਹੜੀ ਚੀਜ਼ ਹੈ ਜਿਹੜੀ ਮੋਸਟ ਇੰਪੋਰਟੈਂਟ ਮੇਰੇ ਅਕੋਰਡਿੰਗਲੀ ਇੰਟਰਵਿਊ ਦੇ ਵਿੱਚ ਹੁੰਦੀ ਹੈ, ਤੁਹਾਨੂੰ ਦੱਸਾਂਗਾ ਵੀਡੀਓ ਦੇ ਅਗਲੇ ਪਾਰਟ ਦੇ ਵਿੱਚ। ਹਾਂਜੀ ਦੋਸਤੋ, ਅਤੇ ਜਿਹੜਾ ਹੁਣ ਮੋਸਟ ਇੰਪੋਰਟੈਂਟ ਜਿਹੜਾ ਮੇਰੇ ਅਕੋਰਡਿੰਗਲੀ ਇਮੀਗ੍ਰੇਸ਼ਨ ਦੀ ਜਿਹੜੀ ਇੰਟਰਵਿਊ ਦੇ ਵਿੱਚ ਜਿਹੜਾ ਮੇਨ ਪਾਰਟ ਹੈ ਉਹ ਹੈਗਾ ਆਪਣਾ ਫੰਡਸ ਤੁਹਾਡੇ। ਫੰਡਸ ਕਿਉਂ ਦੋਸਤੋ? ਕਿਉਂਕਿ ਫੰਡਸ ਦੇ ਬੇਸ 'ਤੇ ਹੀ ਵੀਜ਼ਾ ਕਹਿ ਲਓ ਵੀ 90% ਵੀਜ਼ਾ ਤੁਹਾਡਾ ਫੰਡਸ ਦੇ ਬੇਸ 'ਤੇ ਹੀ ਉਹ ਕਰਦੇ ਨੇ ਕਿ ਇਹਨੂੰ ਆਪਾਂ ਵੀਜ਼ਾ ਅਪਰੂਵ ਕਰਨਾ ਹੈ ਕਿ ਡਿਸਅਪਰੂਵ ਕਰਨਾ। ਹੁਣ ਉਸ 'ਤੇ ਕੀ ਹੁੰਦਾ, ਮੇਨ ਉਹ ਚੈੱਕ ਕਰਦੇ ਨੇ ਕਿ ਫੰਡਸ ਨਵੇਂ ਨੇ ਪੁਰਾਣੇ ਨੇ, ਠੀਕ ਹੈ। ਅਗਰ ਤੁਹਾਡੇ ਪੁਰਾਣੇ ਫੰਡਸ ਹੁਣ ਤੁਸੀਂ ਡਾਕੂਮੈਂਟੇਸ਼ਨ ਕੀਤੀ ਹੁੰਦੀ, ਕਲੀਅਰ ਕੀਤੀ ਆ, ਅਗਰ ਤੁਹਾਡੇ ਫੰਡਸ ਜਿਹੜੇ ਆ ਨਾ ਨਵੇਂ ਹੋਣ ਪੁਰਾਣੇ ਹੋਣ ਅਤੇ ਤੁਸੀਂ ਨਵੇਂ ਦੇ ਅਕੋਰਡਿੰਗ ਜਿੱਦਾਂ ਇੱਕ ਆਪਸ਼ਨ ਹੁੰਦੀ ਆ ਲੋਨ ਵਗੈਰਾ ਦੀ ਸ਼ੋਅ ਕਰਨ ਦੀ, ਉਹ ਤੁਸੀਂ ਕਰ ਸਕਦੇ ਹੋ। ਉਹਦੇ ਉਸ ਕੇਸ 'ਚ ਕੀ ਹੁੰਦਾ ਕਿ ਤੁਸੀਂ ਮੋਸਟ ਪ੍ਰੋਬਲੀ 99% ਤੁਹਾਡਾ ਵੀਜ਼ਾ ਮਿਲ ਜਾਂਦਾ ਅਗਰ ਤੁਹਾਡਾ ਲੋਨ ਦੇ ਅਕੋਰਡਿੰਗ ਸਾਰਾ ਹੋਇਆ ਹੋਵੇ, ਠੀਕ ਹੈ। ਹਾਂਜੀ ਦੋਸਤੋ, ਜਿੱਦਾਂ ਮੈਂ ਫੰਡਸ ਦੇ ਬਾਰੇ ਤੁਹਾਨੂੰ ਦੱਸ ਰਿਹਾ, ਅਤੇ ਜਿਸ ਤਰ੍ਹਾਂ ਇਹਦੇ ਵਿੱਚ ਕੀ ਹੁੰਦਾ ਕਿ ਤੁਹਾਨੂੰ ਸਾਰਾ ਪਤਾ ਹੋਣਾ ਚਾਹੀਦਾ, ਠੀਕ ਹੈ। ਤੁਹਾਡੀ ਜੋ ਵੀ ਡਾਕੂਮੈਂਟੇਸ਼ਨ ਤੁਹਾਡੇ ਫੰਡਸ ਦੇ ਲਈ ਲੱਗੀ ਆ, ਕੋਈ ਕਾਗਜ਼ ਆ, ਕਿਸ ਤਰ੍ਹਾਂ ਵੀ ਆ, ਸਾਰਾ ਤੁਹਾਨੂੰ ਪਤਾ ਹੋਣਾ ਚਾਹੀਦਾ। ਉਹਨਾਂ ਨੇ ਇਹੀ ਚੀਜ਼ ਮੇਨ ਦੇਖਣੀ ਹੈ ਜਦੋਂ ਤੁਹਾਨੂੰ ਕੋਲ ਕਰਦੇ ਨੇ, ਤੁਹਾਨੂੰ ਫੰਡਸ ਬਾਰੇ ਪੁੱਛਣਗੇ, ਠੀਕ ਹੈ। ਫਿਰ ਤੁਹਾਨੂੰ ਫੰਡਸ ਦੀ ਨੌਲੇਜ ਹੋਣੀ ਚਾਹੀਦੀ, ਕਹਿ ਲਓ ਵੀ A to Z ਨੌਲੇਜ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਪਤਾ ਹੈ ਕੀ ਡਾਕੂਮੈਂਟੇਸ਼ਨ ਹੋਈ ਹੈ, ਠੀਕ ਹੈ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਨੂੰ ਪਤਾ ਨਹੀਂ ਹੈ, ਕਿਉਂਕਿ ਅਗਰ ਤੁਸੀਂ ਇੱਦਾਂ ਕਰੋਗੇ ਤਾਂ ਉਹਨਾਂ ਨੇ ਸਿੱਧਾ ਡਿਕਲਾਈਨ ਕਰ ਦੇਣਾ, ਵੀਜ਼ਾ ਨਹੀਂ ਦੇਣਗੇ। ਮੈਂ 100% ਸ਼ੋਰ ਹਾਂ ਇਸ ਚੀਜ਼ ਦਾ। ਇਸ ਲਈ ਤੁਹਾਨੂੰ ਆਪਣੇ ਫੰਡਸ ਦੇ ਬਾਰੇ ਪਤਾ ਹੋਣਾ ਚਾਹੀਦਾ, ਅਤੇ ਮੇਕ ਸ਼ੋਰ ਕਰੋ ਕਿ ਜਿਹੜੀ ਡਾਕੂਮੈਂਟੇਸ਼ਨ, ਅਗਰ ਸਪੋਜ਼ ਤੁਸੀਂ ਨਹੀਂ ਕਰਦੇ, ਤੁਹਾਡੇ ਫਾਦਰ ਸਾਹਿਬ ਜਾਂਦੇ ਨੇ, ਠੀਕ ਹੈ, ਜਾਂ ਤੁਹਾਡੇ ਮਦਰ ਜਾਂਦੇ ਨੇ, ਤਾਂ ਤੁਸੀਂ ਉਹਨਾਂ ਦੇ ਨਾਲ ਜਾਓ। ਅਗਰ ਨਹੀਂ ਜਾ ਰਹੇ, ਐਟਲੀਸਟ ਉਹਨਾਂ ਕੋਲ ਪੁੱਛੋ, ਡਾਕੂਮੈਂਟੇਸ਼ਨ ਦੇਖੋ, ਆਪ ਇੱਕ ਵਾਰੀ ਫਾਈਲ ਸਾਰੀ ਦੇਖੋ ਕੀ ਹੈ, ਫਿਰ ਤੁਹਾਨੂੰ ਉਸਦੇ ਬਾਰੇ ਯਾਦ ਹੋਣਾ ਚਾਹੀਦਾ ਤਾਂ ਕਿ ਤੁਸੀਂ ਇੰਟਰਵਿਊ ਦੇ ਵਿੱਚ ਆਫਿਸਰ ਨੂੰ ਦੱਸ ਪਾਓ। ਹਾਂਜੀ ਦੋਸਤੋ, ਅਤੇ ਜਿਹੜਾ ਅਗਲਾ ਪੁਆਇੰਟ ਹੈ ਮੇਰੇ ਅਕੋਰਡਿੰਗ ਉਹ ਇਹ ਹੈ ਕਿ ਜਿਸ ਤਰ੍ਹਾਂ ਇਮੀਗ੍ਰੇਸ਼ਨ ਅਫਸਰ ਤੁਹਾਡੀ ਕੋਲ ਆਉਂਦੀ ਹੈ, ਹੈ ਨਾ, ਤੁਹਾਨੂੰ ਪੁੱਛਦੇ ਨੇ, ਤੁਹਾਨੂੰ ਉਹਨਾਂ ਨੇ ਪੁੱਛਣਾ ਕਿ ਤੁਹਾਡਾ ਗੋਲ ਕੀ ਹੈ ਬਾਹਰ ਜਾਣ ਲਈ, ਗੋਲ ਜਾਂ ਪੁੱਛਣਗੇ ਜਿੱਦਾਂ ਮਕਸਦ, ਗੋਲ ਕੁਛ ਵੀ ਕਰ ਲਓ, ਠੀਕ ਹੈ, ਕੀ ਹੈ। ਅਤੇ ਦੋਸਤੋ, ਸਾਰੇ ਜਣੇ ਧਿਆਨ ਨਾਲ ਇਹ ਗੱਲ ਸੁਣ ਲਿਓ, ਇਹ 100% ਮੈਂ ਸ਼ੋਰ ਹਾਂ, ਇਹ ਨਹੀਂ ਕਹਿਣਾ ਕਿ ਤੁਹਾਡਾ ਮਕਸਦ ਹੈ ਉੱਥੇ ਜਾ ਕੇ ਤੁਸੀਂ ਸਟੱਡੀ ਕਰਨੀ ਹੈ ਅਤੇ ਉਸ ਤੋਂ ਬਾਅਦ ਉੱਥੇ ਵੀਜ਼ੇ ਲਵਾਉਣੇ ਅਤੇ ਸੈੱਟ ਹੋਣਾ। ਅਗਰ ਤਾਂ ਤੁਸੀਂ ਇੱਦਾਂ ਦੀ 1% ਵੀ ਉਹਨਾਂ ਨੂੰ ਤੁਹਾਡੀਆਂ ਗੱਲਾਂ ਤੋਂ ਇੰਟੈਂਸ਼ਨ ਲੱਗੀ ਕਿ ਤੁਸੀਂ ਨਿਊਜ਼ੀਲੈਂਡ ਜਾ ਰਹੇ ਹੋ ਹਮੇਸ਼ਾ ਵੱਸਣ ਲਈ ਜਾਂ ਕਿਸੇ ਵੀ ਹੋਰ ਕੰਟਰੀ 'ਚ ਤੁਸੀਂ ਹਮੇਸ਼ਾ ਲਈ ਜਾ ਰਹੇ ਹੋ, ਅਤੇ ਤੁਹਾਡਾ ਵੀਜ਼ਾ ਡੈਫੀਨੇਟਲੀ ਡਿਕਲਾਈਨ ਕਰਨਗੇ। ਇੱਕੋ ਇੱਕ ਇਸ ਚੀਜ਼ ਦਾ ਹੱਲ ਹੈ ਕਿ ਤੁਸੀਂ ਉਹਨਾਂ ਨੂੰ ਇਹ ਪ੍ਰੂਵ ਕਰਨਾ ਕਿ ਮੈਂ ਸਟੱਡੀ ਕਰਨ ਜਾ ਰਿਹਾ ਉੱਥੇ, ਮੇਰਾ ਮਕਸਦ ਆ ਹਾਇਰ ਸਟੱਡੀ ਨੂੰ ਲੈਣਾ ਤਾਂ ਕਿ ਮੈਂ ਇੰਟਰਨੈਸ਼ਨਲ ਲੈਵਲ 'ਤੇ ਸਟੱਡੀ ਲਵਾਂ, ਥੋੜ੍ਹਾ ਐਕਸਪੀਰੀਅੰਸ ਲਵਾਂ ਅਤੇ ਵਾਪਸ ਆ ਕੇ ਕੰਮ ਕਰਨਾ। ਇਹ ਸਿਰਫ ਤੁਸੀਂ ਕਹਿਣਾ ਇੰਟਰਵਿਊ 'ਚ, ਅਸਲ 'ਚ ਇਹ ਹੁੰਦਾ ਨਹੀਂ ਹੈ। ਸਾਰੇ ਇਸ ਤਰ੍ਹਾਂ ਹੀ ਆਉਂਦੇ ਆ, ਸਟੂਡੈਂਟ ਵੀਜ਼ੇ 'ਤੇ ਆਉਂਦੇ ਨੇ, ਵਰਕ ਵੀਜ਼ਾ ਪੱਕੇ ਹੋ ਜਾਂਦੇ ਨੇ, ਠੀਕ ਹੈ। ਅਤੇ ਤੁਸੀਂ ਸ਼ੋ ਕਰਨਾ ਕਿ ਆਪਾਂ ਸਟੱਡੀ ਕਰਨ ਜਾ ਰਹੇ ਹਾਂ, ਸਟੱਡੀ ਕੰਪਲੀਟ ਕਰਕੇ ਆਪਾਂ ਨੌਲੇਜ ਆਪਣੀ ਵਧਾ ਕੇ ਇੰਟਰਨੈਸ਼ਨਲ ਲੈਵਲ ਦੀ ਆਪਾਂ ਵਾਪਸ ਆਏ ਨਾ, ਤਾਂ ਕੁਛ ਪਲਾਨ ਕੀਤਾ ਹੋਇਆ ਕਿ ਆਪਾਂ ਆਪਣੀ ਕੰਟਰੀ 'ਚ ਜਾਂ ਕਿਸੇ ਹੋਰ ਕੰਟਰੀ 'ਚ ਕਹਿ ਸਕਦੇ ਹੋ, ਪਰ ਜਿਸ ਕੰਟਰੀ ਲਈ ਅਪਲਾਈ ਕਰੋ ਉਸ ਕੰਟਰੀ ਦਾ ਬਿਲਕੁਲ ਨਹੀਂ ਕਹਿਣਾ ਕਿ ਮੈਂ ਇਸ ਕੰਟਰੀ 'ਚ ਜਾ ਕੇ ਮੈਂ ਤੁਹਾਡੇ ਕੋਲ ਇੱਥੇ ਆ ਕੇ ਪੜ੍ਹਨਾ ਫਿਰ ਵੀਜ਼ਾ ਲਾਉਣਾ ਫਿਰ ਪੱਕੇ ਹੋਏ ਨਾ। ਅਗਰ ਤੁਸੀਂ ਇੱਦਾਂ ਕਹੋਗੇ ਤਾਂ 100% ਦੋਸਤੋ ਡਿਕਲਾਈਨ ਦੇ ਦੇਣਗੇ ਤੁਹਾਨੂੰ। ਅਤੇ ਫਰੈਂਡਸ, ਜਿਹੜਾ ਨੈਕਸਟ ਪੁਆਇੰਟ ਆ ਉਹ ਆਪਣਾ ਹੈਗਾ ਐਸ ਓ ਪੀ ਦੇ ਲਈ। ਐਸ ਓ ਪੀ ਮਤਲਬ ਤੁਹਾਨੂੰ ਪਤਾ ਹੈਗਾ ਸਟੇਟਮੈਂਟ ਆਫ ਪਰਪਸ, ਜਿਹੜੀ ਆਪਾਂ ਇੱਕ ਲਿਖਦੇ ਹਾਂ, ਜਿਸ ਤਰ੍ਹਾਂ ਆਪਾਂ ਜੋ ਫਾਈਲ ਅਪਲਾਈ ਕਰਨੀ, ਇੱਕ ਐਸ ਓ ਪੀ ਵੀ ਜਾਂਦੀ ਆ ਸਾਡੀ ਸਟੇਟਮੈਂਟ ਆਫ ਪਰਪਸ। ਉਹਦਾ ਮਤਲਬ ਇਹ ਹੁੰਦਾ ਕਿ ਆਪਾਂ ਕਿਉਂ ਜਾਣਾ ਚਾਹ ਰਹੇ ਹਾਂ ਉੱਥੇ, ਤੁਹਾਡਾ ਮਕਸਦ ਕੀ ਐਕਚੁਅਲ 'ਚ ਜਾਣ ਦਾ। ਸਟੱਡੀ ਤਾਂ ਇੱਕ ਹੈਗਾ ਮਕਸਦ, ਜੋ ਆਪਾਂ ਉਹਨਾਂ ਨੂੰ ਦਿਖਾਉਂਦੇ ਕਿ ਆਪਾਂ ਸਟੂਡੈਂਟ ਲਈ ਐਜ਼ ਅ ਸਟੂਡੈਂਟ ਜਾ ਰਹੇ ਹਾਂ ਸਟੱਡੀ ਕਰਨ ਲਈ, ਤਾਂ ਕਿ ਆਪਾਂ ਹਾਇਰ ਸਟੱਡੀਜ਼ ਲੈ ਪਾਈਏ। ਪਰ ਉਸ ਪਰਪਸ ਦੇ ਵਿੱਚ ਕੀ ਹੁੰਦਾ ਕਿ ਉਹ ਡਿਟੇਲ ਦੇ ਵਿੱਚ ਹੁੰਦਾ, ਠੀਕ ਹੈ, ਕਲੀਅਰ ਹੁੰਦਾ। ਫੋਰ ਇਗਜ਼ਾਮਪਲ, ਤੁਸੀਂ ਮੰਨ ਲਓ ਵੀ ਪਲੱਸ ਟੂ ਕੀਤੀ ਹੈ, ਹੈ ਨਾ, ਨੋਰਮਲ ਕਿਸੇ ਨੇ ਨੋਨ ਮੈਡੀਕਲ ਆਰਟਸ ਕੁਛ ਇੱਦਾਂ ਦੀ ਕੀਤੀ ਹੈ, ਹੈ ਨਾ, ਅਤੇ ਉਸ ਤੋਂ ਬਾਅਦ ਤੁਸੀਂ ਕਹਿ ਲਓ ਕੁੱਕਰੀ ਦਾ ਕੋਰਸ ਲੈ ਕੇ ਜਾ ਰਹੇ ਹੋ, ਅਤੇ ਤੁਹਾਡੀ ਜਿਹੜੀ ਐਸ ਓ ਪੀ ਹੈ ਨਾ ਉਹਦੇ 'ਚ ਇੱਕ ਪਲੈਨ ਹੋਣਾ ਚਾਹੀਦਾ, ਇਹ ਕਲੀਅਰ ਹੋਣਾ ਚਾਹੀਦਾ ਕਿ ਤੁਸੀਂ ਕੁੱਕਰੀ ਕਿਉਂ ਲੈ ਰਹੇ ਹੋ। ਤੁਸੀਂ ਦੱਸ ਸਕਦੇ ਹੋ ਮੇਰਾ ਇੰਟਰਸਟ ਹੈ, ਮੈਂ ਇੱਥੇ ਕੁੱਕਰੀ ਦਾ ਕੋਰਸ ਕਰੂੰਗਾ, ਇੰਟਰਨੈਸ਼ਨਲ ਲੈਵਲ ਦਾ ਐਕਸਪੀਰੀਅੰਸ ਲਊਂਗਾ, ਫਿਰ ਮੈਂ ਆਪਣੀ ਕੰਟਰੀ 'ਚ ਆ ਕੇ ਇੱਕ ਵਧੀਆ ਸ਼ੈੱਫ ਬਣਨਾ ਚਾਹੂੰਗਾ ਜਾਂ ਕੁਛ ਵੀ ਕੁੱਕਰੀ ਦਾ ਹੋਟਲ ਮੈਨੇਜਮੈਂਟ 'ਚ ਜਾਣਾ ਚਾਹੂੰਗਾ ਇੱਕ ਵੱਡੇ ਲੈਵਲ 'ਤੇ, ਠੀਕ ਹੈ। ਇਹ ਚੀਜ਼ ਤੁਸੀਂ ਸ਼ੋ ਕਰਨੀ ਹੈ। ਅਤੇ ਹਾਂਜੀ ਦੋਸਤੋ, ਇਹੀ ਮੇਨ ਪੁਆਇੰਟ ਨੇ ਇੰਟਰਵਿਊ ਦੇ ਵਿੱਚ। ਕੁਸ਼ਚਨਸ ਕਾਫੀ ਉਹਨਾਂ ਨੇ ਪੁੱਛਣੇ, ਪਰ ਮੈਂ ਤੁਹਾਨੂੰ ਮੇਜਰ ਪੁਆਇੰਟ
ਤੀਜੇ ਨੰਬਰ ਤੇ SOP ਕੀ ਹੈ, SOP ਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਰੀ ਜੋ ਵੀ ਤੁਹਾਡੀ ਸੈਕਿੰਡ ਪੁਆਇੰਟ ਕਹਿ ਲਓ ਕਿ ਰਿਲੇਟ ਕਰਦਾ ਥਰਡ ਦੇ ਨਾਲ, ਤੁਹਾਡੀ ਇੰਟੈਂਸ਼ਨ ਜੋ ਸਟੱਡੀ ਦੀ ਹੈ ਸਟੇਟਮੈਂਟ ਆਫ ਪਰਪਸ ਦੇ ਵਿੱਚ ਉਹ ਡਿਟੇਲ ਦੇ ਵਿੱਚ ਹੋਣਾ ਚਾਹੀਦਾ ਕਿ ਕਿਉਂ ਕਰ ਰਹੇ ਹੋ, ਕਿਉਂ ਜਾ ਰਹੇ ਹੋ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਹੋਰ ਮੇਨ ਤੁਹਾਨੂੰ ਮੈਂ ਇੱਕ ਦੱਸ ਦਿੰਦਾ ਸਲਾਹ ਆ, ਜਿਹੜੀ ਜਿਹੜੀ ਫਾਈਲ ਤਿਆਰ ਹੁੰਦੀ ਹੈ ਨਾ, ਤੁਸੀਂ ਡਿਪੈਂਡੈਂਟ ਨਾ ਰਹੋ ਸਿਰਫ ਆਪਣੇ ਏਜੰਟ ਦੇ ਕਿ ਏਜੰਟ ਨੇ ਫਾਈਲ ਤਿਆਰ ਕਰਤੀ ਤਾਂ ਤੁਸੀਂ ਠੀਕ ਆ ਜੀ ਪਾ ਤੀ। ਫਾਈਲ ਤਿਆਰ ਹੁੰਦੀ, ਡਾਕੂਮੈਂਟਸ ਉਹਨਾਂ ਨੇ ਮੰਗਣੇ, ਠੀਕ ਹੈ, ਤੁਹਾਨੂੰ ਪ੍ਰੋਵਾਈਡ ਕਰਾਉਣੇ, ਤੁਸੀਂ ਪ੍ਰੋਵਾਈਡ ਕਰਾਉਣੇ, ਠੀਕ ਹੈ। ਫਿਰ ਜਦੋਂ ਫਾਈਲ ਤਿਆਰ ਹੋ ਜਾਂਦੀ ਹੈ, ਇੱਕ ਵਾਰੀ ਫਾਈਲ ਦੇਖੋ, ਸਾਰੀ ਫਾਈਲ ਦੇਖੋ, ਤੁਸੀਂ ਇਮੀਗ੍ਰੇਸ਼ਨ ਦੀ ਜਿਹੜੀ ਸਾਈਟ ਆ ਨਿਊਜ਼ੀਲੈਂਡ ਦੀ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ ਰਿਕੁਆਇਰਮੈਂਟਸ ਕੀ ਨੇ, ਠੀਕ ਹੈ। ਅਗਰ ਤੁਹਾਨੂੰ ਮੰਨ ਲਓ ਲੱਗਦਾ ਕਿ ਏਜੰਟ ਕੋਈ ਮਿਸ ਕਰ ਗਿਆ, ਤੁਸੀਂ ਦੱਸ ਸਕਦੇ ਹੋ, ਜੇ ਤੁਸੀਂ ਖੁਦ ਟਰਾਈ ਕਰੋਗੇ, ਜੇ ਤੁਸੀਂ ਆਪਣੀ ਇਮੀਗ੍ਰੇਸ਼ਨ ਸਾਈਟ 'ਤੇ ਦੇਖੋਗੇ, ਤੁਸੀਂ ਉਹਨਾਂ ਨੂੰ ਦੱਸੋ, ਦੇਖੋਗੇ ਅਗਰ ਕੋਈ ਚੀਜ਼ ਮਿਸਿੰਗ ਹੈ, ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਕਿ ਇਹ ਤੁਸੀਂ ਮਿਸ ਕਰਤੀ ਫਾਈਲ। ਇੱਕ ਵਾਰੀ ਲੌਜ ਕਰਨ ਤੋਂ ਪਹਿਲਾਂ ਗੋ ਥਰੂ ਹੋਵੋ ਸਾਰਾ ਕਿ ਇਹਦੇ 'ਚ ਕੀ ਹੈ, ਅਤੇ ਜੋ ਵੀ ਆ ਉਹ ਸਾਰੀ ਚੀਜ਼ਾਂ ਕਹਿ ਲਓ ਵੀ ਰੱਟਾ ਮਾਰ ਲਓ, ਯਾਦ ਕਰ ਲਓ। ਇਮੀਗ੍ਰੇਸ਼ਨ ਨੇ ਇਹੀ ਪੁੱਛਣਾ, ਤੁਹਾਡੀ ਫਾਈਲ ਦੇਖਣੀ ਹੈ ਉਹਨਾਂ ਨੇ, ਫਾਈਲ ਦੇਖ ਕੇ ਹੀ ਉਹਨਾਂ ਨੇ ਕੋਲ ਕਰਨ ਦੀਆਂ, ਸਵਾਲ ਕਰਨੇ ਨੇ ਕਿ ਇਹ ਕੀ ਹੈ, ਇਹ ਕੀ ਹੈ, ਜੋ ਵੀ ਆ। ਫਾਈਲ ਰੱਟ ਲਓ ਅਤੇ ਸਾਰਾ ਤੁਹਾਡਾ ਜਿਹੜਾ ਇੰਟਰਵਿਊ ਦਾ ਕਲੀਅਰ ਹੋ ਜਾਏਗਾ। ਇਸ ਤੋਂ ਜ਼ਿਆਦਾ ਇੰਟਰਵਿਊ ਦੇ ਵਿੱਚ ਕੁਛ ਨਹੀਂ ਹੈਗਾ। ਆਈ ਨੋ ਬੰਦੇ ਨਰਵਸ ਹੁੰਦੇ ਨੇ, ਨਰਵਸਨੈਸ ਦਾ ਇੱਕ ਹੋਰ ਰੀਜ਼ਨ ਹੁੰਦਾ ਕਿ ਆਪਾਂ ਨਵੀਂ ਨਵੀਂ ਆਲਸ ਕੀਤੀ ਹੁੰਦੀ ਆ, ਇੰਗਲਿਸ਼ ਸਾਡੀ ਠੀਕ ਠਾਕ ਜੀ ਹੁੰਦੀ ਹੈ ਨਾ, ਜਾਂ ਨਹੀਂ ਵੀ ਹੁੰਦੀ, ਇਸ ਕਰਕੇ ਆਪਾਂ ਨਰਵਸ ਹੁੰਦੇ ਕਿ ਇੰਗਲਿਸ਼ 'ਚ ਜਵਾਬ ਦੇਣੇ। ਇੰਗਲਿਸ਼ ਠੀਕ ਆ, ਥੋੜ੍ਹਾ ਜਿਹਾ ਉਹਦੀ ਵੀ ਪ੍ਰੈਕਟਿਸ ਕਰੋ, ਬੋਲੋ ਇੰਗਲਿਸ਼, ਪ੍ਰੈਕਟਿਸ ਕਰੋ, ਤੁਸੀਂ ਇੰਗਲਿਸ਼ 'ਚ ਹੀ ਗੱਲ ਕਰਨੀ ਹੈ। ਪਰ ਮੇਨ ਜਿਹੜੀ ਆ ਤੁਹਾਨੂੰ ਫਾਈਲ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਕਿ ਇਹਦੇ ਵਿੱਚ ਕੀ ਹੈ, ਅਤੇ ਸਾਰਾ ਉਹੀ ਦੱਸਣਾ। ਅਤੇ ਇਸ ਤੋਂ ਵੱਧ ਕੇ ਮੇਰੇ ਅਕੋਰਡਿੰਗ ਦੋਸਤੋ ਕੁਛ ਨਹੀਂ ਹੈਗਾ, ਮੇਰਾ ਐਕਸਪੀਰੀਅੰਸ ਇਹੀ ਹੈ ਇੰਟਰਵਿਊ ਦਾ। ਅਤੇ ਥੈਂਕ ਯੂ ਸੋ ਮਚ ਅੱਜ ਦੀ ਵੀਡੀਓ ਵੇਖਣ ਲਈ। ਆਈ ਨੋ ਇੱਕ ਮਹੀਨੇ ਤੋਂ ਬਾਅਦ ਵੀਡੀਓ ਆਈ ਹੈ, ਅਤੇ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਜਲਦੀ ਜਲਦੀ ਵੀਡੀਓ ਫਿਰ ਬਣਾਉਂਦਾ ਰਹਾਂ। ਅਤੇ ਪਲੀਜ਼ ਜਿਹੜੇ ਨਵੇਂ ਨੇ, ਫਸਟ ਟਾਈਮ ਦੇਖ ਰਹੇ ਨੇ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਵੀਡੀਓ ਨੂੰ ਸ਼ੇਅਰ ਕਰਿਓ ਆਪਣੇ ਦੋਸਤਾਂ ਦੇ ਨਾਲ। ਟਿਲ ਦੈਨ ਗੁੱਡ ਬਾਏ, ਸ਼ਬਾ ਖੈਰ।